ਗੁਰੂ ਦੇ ਖਾਲਸੇ ਨੂੰ ਖਤਮ ਕਰਨ ਵਾਲੋ ਸੁਣ ਲਵੋ, ਗੁਰੂ ਦਾ ਖਾਲਸਾ ਕੁੰਡਲੀਆਂ ਦਾ ਸੱਪ ਹਜੇ ਜਿਉਂਦਾ ਜੇ, ਤੁਹਾਡੇ ਸਾਰੇ ਹਥਿਆਰ ਜਦੀਦ ਟੈਕਨੋਲਜੀ ਟੈਂਕ ਤੋਪਾਂ ਇੱਕ ਪਾਸੇ, ਇਹ ਦੁਨੀਆ ਦੇ ਮਜ਼ੈਲ ਉਸ ਗੁਰੂ ਦੇ ਖਾਲਸੇ ਦੇ ਲੱਪੜ ਦਾ ਮੁਕਾਬਲਾ ਨਹੀਂ ਕਰ ਸਕਦੇ। ਸੋ ਪਹਿਲੇ ਵੀਡੀਓ ਦੇਖਦੇ ਹਾਂ, ਫਿਰ ਆਪਾਂ ਗੱਲਬਾਤ ਕਰਦੇ। ਵੈਸੇ ਤਾਂ ਚਪੇੜਾਂ ਦਾ ਇਤਿਹਾਸ ਬੜਾ ਪੁਰਾਣਾ ਹੈ, ਪਰ ਹਾਲ ਹੀ ਵਿੱਚ ਇੱਕ ਚਪੇੜ ਨੇ ਪੁਰਾਣਾ ਇਤਿਹਾਸ ਫਿਰ ਦੁਹਰਾ ਦਿੱਤਾ। ਅਸਲ ਵਿੱਚ ਚਪੇੜ ਗੁੱਸੇ, ਰੋਹ, ਰੋਸ ਅਤੇ ਪਿਆਰ ਸਭ ਦੇ ਪ੍ਰਗਟਾਵੇ ਦੀ ਇੱਕ ਸਰੀਰਕ ਹਰਕਤ ਹੈ, ਜੋ ਸਰੀਰ ਦੇ ਇੱਕ ਹਿੱਸੇ ਵੱਲੋਂ ਦੂਜੇ ਸਰੀਰ ਦੇ ਇੱਕ ਹੋਰ ਵੱਖਰੇ ਹਿੱਸੇ 'ਤੇ ਅਮਲ ਵਿੱਚ ਲਿਆਂਦੀ ਜਾਂਦੀ ਹੈ। ਪਰਿਭਾਸ਼ਾ ਬੜੀ ਵਧੀਆ ਦਿੱਤੀ ਵੈਸੇ ਦਾਸ ਨੇ, ਸਮਝ ਆਈ। ਚਲੋ ਚਪੇੜ ਦਾ ਇਤਿਹਾਸ ਸ਼ੁਰੂ ਕਰਦੇ ਹਾਂ ਸਿੱਖ ਇਤਿਹਾਸ 'ਚੋਂ। ਸਮਾਂ ਸੀ 6ਵੇਂ ਪਾਤਸ਼ਾਹ ਦਾ, ਜਦੋਂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਨਗਰ ਦੀ ਉਸਾਰੀ ਕਰਨਾ ਚਾਹੁੰਦੇ ਸੀ, ਅਤੇ ਇਸ ਕਾਰਜ ਲਈ ਗੁਰੂ ਸਾਹਿਬ ਨੇ ਇੱਕ ਬੇਆਬਾਦ ਜ਼ਮੀਨ ਦੇਖੀ ਜੋ ਕਿ ਗੁਰੂ ਜੀ ਨੂੰ ਚੰਗੀ ਲੱਗੀ। ਇਤਿਹਾਸ ਗੁਰੂ ਖਾਲਸਾ ਨਿਰਮਲੇ ਸੰਤ ਭਾਈ ਗੋਬਿੰਦ ਸਿੰਘ ਦੀ ਲਿਖੀ ਹੋਈ ਹੈ, ਜਿਸ ਵਿੱਚ ਉਹ ਲਿਖਦੇ ਨੇ ਕਿ 6ਵੇਂ ਪਾਤਸ਼ਾਹ ਵੱਲੋਂ ਦੇਖੀ ਇਸ ਜ਼ਮੀਨ 'ਤੇ ਪਹਿਲਾ ਸ਼ਹਿਰ ਹੁੰਦਾ ਸੀ ਜੋ ਚੰਦੂ ਦਾ ਸ਼ਹਿਰ ਸੀ। ਚੰਦੂ ਉਹੀ ਜਿਹਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕਰਨ ਵਿੱਚ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ ਸੀ। ਗੁਰੂ ਪੰਚਮ ਪਾਤਸ਼ਾਹ ਦੀ ਸ਼ਹੀਦੀ ਵਿੱਚ ਚੰਦੂ ਦਾ ਵੱਡਾ ਰੋਲ ਸੀ। ਪਰ ਜਦੋਂ ਜਹਾਂਗੀਰ ਬਾਦਸ਼ਾਹ ਨੇ ਚੰਦੂ ਦੀ ਸਾਰੀ ਜ਼ਮੀਨ ਜ਼ਬਤ ਕਰ ਲਈ ਸੀ ਤਾਂ ਇਹ ਸ਼ਹਿਰ ਵੀ ਬੇਆਬਾਦ ਹੋ ਗਿਆ ਸੀ, ਅਤੇ ਫਿਰ ਇਹੀ ਬੇਆਬਾਦ ਸ਼ਹਿਰ ਬਾਦਸ਼ਾਹ ਨੇ ਗੁਰੂ 6ਵੇਂ ਪਾਤਸ਼ਾਹ ਨੂੰ ਦੇ ਦਿੱਤਾ ਸੀ। ਇਹ ਥਾਂ ਰੋਹੀਲਾ ਦੀ ਥੇ ਕਰਕੇ ਜਾਣੀ ਜਾਂਦੀ ਸੀ। ਥੇ ਦਾ ਤੁਹਾਨੂੰ ਪਤਾ ਹੀ ਹੈ, ਉਹ ਥਾਂ ਜਿੱਥੇ ਕਦੇ ਕੋਈ ਵਸੋਂ ਰਹਿੰਦੀ ਹੋਵੇ ਪਰ ਉੱਜੜ ਗਈ ਹੋਵੇ। ਉੱਧਰ ਭਗਵਾਨ ਦਾਸ ਘੇਰੜ, ਜੋ ਕਿ ਚੰਦੂ ਦਾ ਰਿਸ਼ਤੇਦਾਰ ਸੀ, ਉਹ ਵੀ ਇਸ ਥਾਂ 'ਤੇ ਆਬਾਦ ਹੋਣਾ ਚਾਹੁੰਦਾ ਸੀ ਜੋ 6ਵੇਂ ਪਾਤਸ਼ਾਹ ਨੇ ਸ਼ਹਿਰ ਆਬਾਦ ਕਰਨ ਲਈ ਦੇਖੀ ਸੀ। ਖੈਰ, ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਇਸ ਰੋਹੀਲਾ ਥੇ 'ਤੇ ਦੀਵਾਨ ਸਜਾਇਆ ਹੋਇਆ ਸੀ, ਜਦੋਂ ਭਗਵਾਨ ਦਾਸ ਘੇਰੜ ਨੇ ਆ ਕੇ ਗੁਰੂ ਜੀ ਵਿਰੁੱਧ ਮੰਦੇ ਚੰਗੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ, ਝਗੜਾ ਕਰਨ ਲੱਗਾ। ਭਗਵਾਨ ਦਾਸ ਨੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਗਾਲਾਂ ਕੱਢੀਆਂ ਤਾਂ ਬਾਬਾ ਬਿਧੀ ਚੰਦ ਜੀ ਨੇ ਭਗਵਾਨ ਦਾਸ ਦੇ ਚਪੇੜਾਂ ਮਾਰੀਆਂ। ਗੁਰੂ ਜੀ ਤਾਂ ਸ਼ਾਂਤ ਰਹੇ ਪਰ ਸਿੱਖ ਭਗਵਾਨ ਦਾਸ ਦੇ ਬੋਲ ਨਾ ਸਹਾਰ ਸਕੇ ਅਤੇ ਇੱਥੇ ਲੜਾਈ ਹੋ ਗਈ, ਅਤੇ ਇਸ ਲੜਾਈ ਵਿੱਚ ਭਗਵਾਨ ਦਾਸ ਘੇਰੜ ਮਾਰਿਆ ਗਿਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇਸ ਨਗਰ ਦਾ ਨਿਰਮਾਣ ਕਰਾਉਣਾ ਆਰੰਭ ਕਰ ਦਿੱਤਾ, ਜਿਹੜਾ ਕਿ ਹੁਣ ਸ਼੍ਰੀ ਹਰਗੋਬਿੰਦਪੁਰ ਕਰਕੇ ਪ੍ਰਸਿੱਧ ਹੈ। ਪਰ ਹੁਣ ਇਸ ਕਾਰਜ ਦਾ ਵਿਰੋਧ ਕਰਨ ਲਈ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਲਈ ਭਗਵਾਨ ਦਾਸ ਦਾ ਪੁੱਤਰ ਰਤਨ ਚੰਦ ਚੰਦੂ ਦੇ ਪੁੱਤਰ ਕਰਮਚੰਦ ਕੋਲ ਚਲਾ ਗਿਆ, ਅਤੇ ਫਿਰ ਦੋਵੇਂ ਜਲੰਧਰ ਦੇ ਸੂਬੇਦਾਰ ਅਬਦੁੱਲਾ ਖਾਨ ਕੋਲ ਜਾਂਦੇ ਨੇ ਅਤੇ ਫੌਜ ਚੜ੍ਹਾ ਕੇ ਲਿਆਉਂਦੇ ਨੇ। ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੁਆਰਾ ਇਹ ਪਹਿਲੀ ਲੜਾਈ ਸੀ ਜੋ ਲੜੀ ਗਈ, ਜਿਹਨੂੰ ਰੋਹੀਲਾ ਦੀ ਜੰਗ ਕਿਹਾ ਜਾਂਦਾ। ਇੱਥੋਂ ਸ਼ੁਰੂ ਹੋਇਆ ਸੀ ਸਿੱਖ ਇਤਿਹਾਸ ਵਿੱਚ ਚਪੇੜਾਂ ਦਾ ਵਾਕਾ। ਹੁਣ ਆਓ ਅੱਗੇ, ਇੱਥੇ ਵੀ ਚਪੇੜਾਂ ਮਾਰਨ ਵਾਲਾ ਬਾਬਾ ਬਿਧੀ ਚੰਦ ਹੀ ਹੈ, ਪਰ ਚਪੇੜਾਂ ਖਾਣ ਵਾਲਾ ਬੰਦਾ ਹੋਰ ਸੀ। 6ਵੇਂ ਪਾਤਸ਼ਾਹ ਦਾ ਪਾਲਿਆ ਪੋਸਿਆ ਪੈਂਦੇ ਖਾ ਜਦੋਂ ਲੂਣ ਹਰਾਮੀ ਬਣਿਆ ਤਾਂ ਬਾਬਾ ਬਿਧੀ ਚੰਦ ਨੇ ਉਹਨੂੰ ਚਪੇੜਾਂ ਮਾਰ ਮਾਰ ਭਜਾਇਆ ਸੀ। ਇਸ ਤੋਂ ਬਾਅਦ ਪੈਂਦੇ ਖਾਂ ਜਲੰਧਰ ਦੇ ਸੂਬੇਦਾਰ ਕੁਤਬ ਖਾਨ ਕੋਲ ਜਾਂਦਾ, ਮਦਦ ਮੰਗਦਾ ਅਤੇ ਫਿਰ 6ਵੇਂ ਗੁਰੂ ਪਾਤਸ਼ਾਹ ਦੇ ਉੱਤੇ ਚੜ੍ਹ ਕੇ ਆਉਂਦਾ ਅਤੇ ਕਰਤਾਰਪੁਰ ਦੀ ਜੰਗ ਹੁੰਦੀ ਹੈ। ਪਟਵਈਆਂ ਅਨੁਸਾਰ 29-30-31 ਵਿਸਾਖ ਨੂੰ 3 ਦਿਨ ਕਰਤਾਰਪੁਰ ਦੇ ਸਥਾਨ 'ਤੇ ਲਗਾਤਾਰ ਭਿਆਨਕ ਗਹਿ ਗੱਡ ਜੰਗ ਹੋਈ ਸੀ। ਅਗਲੀ ਚਪੇੜ ਦਾ ਸ਼ਿਕਾਰ ਹੋਇਆ ਸੀ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ, ਜੋ 1984 ਦੇ ਘੱਲੂਘਾਰੇ ਤੋਂ ਬਾਅਦ 8 ਜੂਨ ਨੂੰ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਸ਼੍ਰੀ ਦਰਬਾਰ ਸਾਹਿਬ ਆਪਣੀ ਫੌਜ ਦੀ ਬਹਾਦਰੀ ਦੇਖਣ ਆਇਆ ਸੀ।
ਇੱਥੋਂ ਹੋ ਕੇ ਉਹ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੂੰ ਮਿਲਣ ਉਹਨਾਂ ਦੇ ਡੇਰੇ ਗਿਆ। ਜਦੋਂ ਬਾਬਾ ਖੜਕ ਸਿੰਘ ਜੀ ਦੇ ਨੇੜੇ ਹੋਇਆ ਤਾਂ ਬਾਬਾ ਜੀ ਨੇ ਰੋਜ਼ ਆ ਕੇ ਖਿੱਚ ਕੇ ਜੈਲ ਸਿੰਘ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਕਿਹਾ ਕਿ ਹੁਣ ਕੀ ਕਰਨਾ ਆ, ਤੇਰੇ ਹੁੰਦਿਆਂ ਸੰਗਤ ਦੇ ਉੱਤੇ ਗੁਰੂ ਘਰ ਦੇ ਉੱਪਰ ਏਡਾ ਕਹਿਰ ਢਾਇਆ ਗਿਆ, ਤੂੰ ਕੀ ਕਰਦਾ ਸੀ, ਤੂੰ ਤਾਂ ਤੜਫ ਤੜਫ ਕੇ ਮਰੇਗਾ, ਕੀੜੇ ਪੈਣਗੇ ਤੇਰੇ ਕੀੜੇ। ਰਾਸ਼ਟਰਪਤੀ ਜੈਲ ਸਿੰਘ ਬਿਨਾਂ ਕੋਈ ਹਿਲਜੁਲ ਕੀਤਿਆਂ ਉੱਥੋਂ ਵਾਪਸ ਮੁੜ ਗਿਆ। ਸਮੇਂ ਨਾਲ ਬਾਬਾ ਖੜਕ ਸਿੰਘ ਜੀ ਦੇ ਬਚਨ ਪੂਰੇ ਹੋਏ। ਜੈਲ ਸਿੰਘ ਦਾ ਐਕਸੀਡੈਂਟ ਹੋਇਆ ਅਤੇ ਉਹ 27-28 ਦਿਨ PGI ਵਿੱਚ ਤੜਫਦਾ ਰਿਹਾ ਅਤੇ ਫਿਰ ਤੜਫ ਤੜਫ ਕੇ ਉਸ ਦੀ ਮੌਤ ਹੋਈ। ਅਗਲੀ ਚਪੇੜ ਕਾਫੀ ਮਸ਼ਹੂਰ ਹੋਈ ਸੀ ਅਤੇ ਇੱਕ ਅਖਾਣ ਜਿਹਾ ਵੀ ਬਣਿਆ ਸੀ, ਅਖੇ ਹਵਾ ਚੁਬਾਰੇ ਦੀ ਅਤੇ ਚਪੇੜ ਹਵਾਰੇ ਦੀ। ਮਾਮਲਾ ਤੁਹਾਨੂੰ ਪਤਾ ਹੀ ਹੈ। 2011 ਤਰੀਕ ਸਵੇਰੇ 11 ਵਜੇ ਭਾਈ ਜਗਤਾਰ ਸਿੰਘ ਹਵਾਰੇ ਨੇ ਸ਼ਿਵ ਸੈਨਾ ਦੇ ਨਿਸ਼ਾਂਤ ਸ਼ਰਮੇ ਦੇ ਚਪੇੜ ਮਾਰੀ ਸੀ। ਜਦੋਂ ਭਾਈ ਹਵਾਰੇ ਨੂੰ ਕੋਰਟ ਵਿੱਚ ਪੇਸ਼ੀ 'ਤੇ ਲਿਆਂਦਾ ਜਾ ਰਿਹਾ ਸੀ, ਨਿਸ਼ਾਂਤ ਸ਼ਰਮੇ ਨੇ ਹੱਥਕੜੀਆਂ 'ਚ ਬੰਨੇ ਭਾਈ ਹਵਾਰੇ 'ਤੇ ਹਮਲਾ ਕੀਤਾ ਸੀ, ਪਰ ਫੁਰਤੀ ਨਾਲ ਹਵਾਰੇ ਨੇ ਸ਼ਰਮੇ ਦਾ ਮੂੰਹ ਭੰਨਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੁੰਦੀ ਹੈ ਇਸ ਚਪੇੜ ਦੀ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਚਪੇੜਾਂ ਸੀ ਉਹਨਾਂ ਦੀ ਕੋਈ ਵੀਡੀਓ ਨਹੀਂ ਹੈਗੀ, ਭਾਈ ਹਵਾਰੇ ਵਾਲੀ ਹੈਗੀ ਆ। ਅਤੇ ਹੁਣ ਗੱਲ ਕਰਾਂਗੇ ਆਖਰੀ ਚਪੇੜ ਦੀ, ਕੰਗਣਾ ਬਾਰੇ। ਕਿੱਥੇ ਕੰਗਣਾ ਅਤੇ ਕਿੱਥੇ ਕੜੇ ਵਾਲੀਏ। ਕੁਲਵਿੰਦਰ ਕੌਰ ਨਾਮ ਦੀ ਇੱਕ CISF ਜਵਾਨ ਜੋ ਚੰਡੀਗੜ੍ਹ ਦੇ ਹਵਾਈ ਅੱਡੇ 'ਤੇ ਤੈਨਾਤ ਸੀ, ਉਸ ਵੱਲੋਂ ਨਵੀਂ ਬਣੀ MP ਕੰਗਣਾ ਰਣੌਤ ਦੇ ਥੱਪੜ ਜੜਿਆ ਗਿਆ, ਕਿਉਂਕਿ ਕੁਲਵਿੰਦਰ ਕੌਰ ਅਨੁਸਾਰ ਜਦੋਂ ਦਿੱਲੀ 'ਚ ਕਿਸਾਨੀ ਮੋਰਚਾ ਚੱਲ ਰਿਹਾ ਸੀ, ਉਹਦੀ ਮਾਤਾ ਵੀ ਉੱਥੇ ਮੋਰਚੇ ਵਿੱਚ ਸ਼ਾਮਲ ਸੀ, ਉਦੋਂ ਕੰਗਣਾ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਦੀਆਂ ਔਰਤਾਂ ਕਿਸਾਨ ਮੋਰਚੇ ਵਿੱਚ 100-100 ਰੁਪਏ 'ਤੇ ਦਿਹਾੜੀ 'ਤੇ ਲਿਆਂਦੀਆਂ ਹੋਈਆਂ। ਇਸ ਤੋਂ ਇਲਾਵਾ ਕੰਗਣਾ ਨੇ ਉਦੋਂ ਸਿੱਖਾਂ ਖਿਲਾਫ਼, ਪੰਜਾਬੀਆਂ ਖਿਲਾਫ਼ ਬਹੁਤ ਭੱਦੀ ਸ਼ਬਦਾਵਲੀ ਵਰਤੀ ਸੀ ਅਤੇ ਕਈ ਪੰਜਾਬੀ ਗਾਇਕਾਂ ਨੇ ਉਦੋਂ ਕੰਗਣਾ ਦੀ ਚੰਗੀ ਖੁੰਭ ਠੱਪ ਵੀ ਕੀਤੀ ਸੀ। ਕੁਲਵਿੰਦਰ ਕੌਰ ਅਨੁਸਾਰ ਕੰਗਣਾ ਦੇ ਬਿਆਨਾਂ ਕਰਕੇ ਉਸ ਦੇ ਉੱਤੇ ਉਹਦਾ ਰੋਸ ਸੀ ਅਤੇ ਉਹਦੇ ਹੱਥ ਜਦੋਂ ਮੌਕਾ ਆਇਆ ਤਾਂ ਉਹਨੇ ਕੰਗਣਾ ਖੜਕਾ ਦਿੱਤੀ। ਕੁਲਵਿੰਦਰ ਕੌਰ ਦੇ ਇੱਕ ਥੱਪੜ ਨੇ ਸਾਰੇ ਭਾਰਤ ਵਿੱਚ ਹਾਹਾਕਾਰ ਮਚਾ ਦਿੱਤੀ ਹੈ ਅਤੇ ਬਹੁਤ ਸਾਰੇ ਲੋਕ ਉਸ ਦੇ ਇਸ ਕਦਮ ਦੀ ਸ਼ਲਾਘਾ ਵੀ ਕਰ ਰਹੇ ਨੇ, ਕਿਉਂਕਿ ਸਭ ਦੇ ਅੰਦਰ ਕੰਗਣਾ ਦੇ ਬਿਆਨਾਂ ਦਾ ਰੋਸ ਸੀ। ਇੱਥੋਂ ਤੱਕ ਕਿ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਬਿਆਨ ਦਿੱਤੇ ਨੇ ਕਿ ਕਿਹਾ ਕਿ ਜੇਕਰ ਕੁਲਵਿੰਦਰ ਕੌਰ ਦੀ ਇਸ ਕੰਮ ਦੇ ਪਿੱਛੇ ਨੌਕਰੀ ਜਾਂਦੀ ਹੈ ਤਾਂ ਉਹ ਕੁਲਵਿੰਦਰ ਨੂੰ ਨੌਕਰੀ ਵੀ ਦੇਣਗੇ। ਪੰਜਾਬ 'ਚੋਂ ਕਈ ਬਿਜ਼ਨਸਮੈਨਾਂ ਨੇ ਕੁਲਵਿੰਦਰ ਨੂੰ ਨੌਕਰੀ ਦੀਆਂ ਔਫਰਾਂ ਭੇਜੀਆਂ ਨੇ। ਕਿਸਾਨ ਜਥੇਬੰਦੀਆਂ, ਸਿੱਖ ਜਥੇਬੰਦੀਆਂ ਸਮੇਤ ਸੋਸ਼ਲ ਮੀਡੀਆ 'ਤੇ ਕੁਲਵਿੰਦਰ ਕੌਰ ਦੇ ਹੱਕ ਵਿੱਚ ਲਹਿਰ ਚੱਲ ਰਹੀ ਹੈ। ਸੋ ਇਹ ਸੀ ਚਪੇੜਾਂ ਦਾ ਇਤਿਹਾਸ, ਗੁਰੂ ਕਾਲ ਤੋਂ ਹੀ ਚੱਲ ਰਿਹਾ। ਸੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਕੰਗਣਾ ਬਨਾਮ ਕੁਲਵਿੰਦਰ, ਤੁਸੀਂ ਕਿਹਦੇ ਹੱਕ 'ਚੋਂ? ਕਮੈਂਟ ਵਿੱਚ ਆਪਣਾ ਜਵਾਬ ਜ਼ਰੂਰ ਲਿਖਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਪੜ ਲੱਪੜ ਦਾ ਇਤਿਹਾਸ ਆਪਾਂ ਸੁਣਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਇਹ ਲੱਪੜ ਦਾ ਇਤਿਹਾਸ ਸੁਣ ਕੇ ਮੁਸਲਮਾਨ ਅਤੇ ਮਾਣ ਮਹਿਸੂਸ ਹੁੰਦੇ ਆ, ਬੜੀ ਖੁਸ਼ੀ ਮਹਿਸੂਸ ਹੁੰਦੀ ਆ। ਗੱਲ ਬੜੇ ਧਿਆਨ ਨਾਲ ਸੁਣਿਓ ਵੀਰੋ, ਲੱਪੜ ਮੈਨੂੰ ਵੀ ਪਏ ਨੇ। ਲੱਪੜ ਦਾ ਇਤਿਹਾਸ ਸੁਣਦੇ ਸੀ ਅਤੇ ਲੱਪੜ ਮੈਨੂੰ ਵੀ ਪਏ ਨੇ, ਪਰ ਉਹ ਜਿਹੜੇ ਮੈਨੂੰ ਲੱਪੜ ਪਏ ਨਾ, ਮੈਨੂੰ ਬੜਾ ਮਾਣ ਮਹਿਸੂਸ ਹੋਇਆ, ਕਿਉਂਕਿ ਪਿਓ ਨੇ ਮਾਰੇ ਆ ਅਤੇ ਮਾਂ ਨੇ ਮਾਰੇ ਆ ਵੀਰੋ। ਇਸ ਕਰਕੇ ਲੱਪੜ ਮਾਰੇ ਆ ਕਿ ਮੈਂ ਪੁੱਠੇ ਰਸਤੇ ਵਾਲੇ ਪਾਸੇ ਨਾ ਜਾਵਾਂ, ਸਿੱਧੇ ਰਸਤੇ ਵਾਲੇ ਪਾਸੇ ਜਾਵਾਂ। ਇਸ ਕਰਕੇ ਇਹਨਾਂ ਲੱਪੜਾਂ ਦੇ ਉੱਤੇ ਮਾਣ ਮਹਿਸੂਸ ਕਰਨਾ ਚਾਹੀਦਾ ਅਤੇ ਹਰ ਇੱਕ ਪੰਜਾਬੀ ਨੂੰ ਕਰਨਾ ਚਾਹੀਦਾ ਅਤੇ ਕਰਦਾ ਹੋਏਗਾ। ਪਰ ਵੀਰੋ, ਜਿਹੜੇ ਲੱਪੜ ਆਪਾਂ ਆਹ ਦੇਖੇ ਨਾ, ਖਾਲਸੇ ਦੇ ਲੱਪੜ, ਗੁਰੂ ਦੇ ਖਾਲਸੇ ਨੂੰ ਥੱਲੇ ਸੁੱਟਣ ਵਾਲੇ, ਇਹ ਗੁਰੂ ਦਾ ਖਾਲਸਾ,
ਇਹਦੇ ਕੋਲ ਇੰਨੀ ਟੈਕਨੋਲੋਜੀ ਕਿੱਥੋਂ ਆਈ? ਵੀਰੋ, ਜਿਸ ਗੁਰੂ ਦਾ ਖਾਲਸੇ ਦਾ ਲੱਪੜ ਇੰਨੀ ਟੈਕਨੋਲੋਜੀ ਵਾਲਾ ਹੋਵੇ, ਮੈਂ ਮੁਸਲਮਾਨ ਤਾਂ ਫਿਰ ਕਹਾਂਗਾ ਉਸ ਜਿਸ ਗੁਰੂ ਦਾ ਖਾਲਸਾ ਵਾ, ਇਸ ਖਾਲਸੇ ਨੂੰ ਜਿੰਨੇ ਪ੍ਰਗਟ ਕੀਤਾ, ਉਸ ਗੁਰੂ ਦੇ ਸ਼ਸਤਰ, ਉਸ ਗੁਰੂ ਦੀ ਸੋਚ, ਉਸ ਗੁਰੂ ਦਾ ਜੰਗਾਂ ਦੇ ਮੈਦਾਨ ਦੇ ਵਿੱਚ ਲੜਨ ਦੇ ਵਿੱਚ ਮਹਾਰਤ, ਕੀ ਮਹਾਰਤ ਹੋਏਗੀ? ਵੀਰੋ, ਪੂਰੀ ਦੁਨੀਆ ਦੀ ਤਾਕਤ ਵੀ ਆਈ ਹੈ ਅਤੇ ਉਸ ਗੁਰੂ ਦੇ ਮਹਾਰਤ ਨੂੰ ਨਾਕਾਮ ਨਹੀਂ ਕਰ ਸਕਦੀ, ਕਿਉਂਕਿ ਇਹੋ ਹੀ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਗੁਰੂ ਦੇ ਖਾਲਸੇ ਨੂੰ ਖਤਮ ਕਰਨ ਵਾਲੇ ਖੁਦ ਖਤਮ ਹੋ ਗਏ ਹੈ, ਗੁਰੂ ਦਾ ਖਾਲਸਾ ਕਦੀ ਖਤਮ ਨਹੀਂ ਹੋਇਆ। ਅਮਰੀਕਾ ਕੋਲ ਮਜ਼ੈਲ, ਜਿਹੜੇ ਮਜ਼ੈਲ ਹੈ ਬੜੇ ਜਦੀਦ ਹੈ, ਪਰ ਵੀਰੋ ਜਿਹੜਾ ਗੁਰੂ ਦੇ ਖਾਲਸੇ ਦਾ ਲੱਪੜ ਵੀਰੋ ਐਡਾ ਜਦੀਦ ਸੀ, ਦੁਨੀਆ ਹੈਰਾਨ ਹੋ ਗਈ ਹੈ, ਲੋਕੀ ਡਰ ਗਏ ਹੈ। ਹਾਂਜੀ, ਭਾਈ ਜਗਤਾਰ ਸਿੰਘ ਹਵਾਰਾ, ਵੀਰੋ ਸ਼ੇਰ ਸੀ, ਬੇੜੀਆਂ ਦੇ ਨਾਲ ਬੰਨਿਆ ਸੀਗਾ, ਪਿੰਜਰੇ ਦੇ ਵਿੱਚ ਬੰਦ ਕੀਤਾ ਸ਼ੇਰ ਨੂੰ। ਕੀ ਜ਼ਿਹਨ ਸੀਗਾ ਲੱਪੜ ਮਾਰਨ ਵਾਲੇ ਦਾ ਕਿ ਅੱਜ ਮੈਂ ਸਿੱਖਾਂ ਨੂੰ, ਗੁਰੂ ਦੇ ਖਾਲਸੇ ਨੂੰ ਮੈਂ ਜ਼ਲੀਲ ਕਰਾਂਗਾ ਪੂਰੀ ਦੁਨੀਆ ਦੇ ਸਾਹਮਣੇ, ਗੁਰੂ ਦੇ ਖਾਲਸੇ ਦੀ ਮੈਂ ਪੱਗ ਲਾਵਾਂਗਾ ਅਤੇ ਮੈਨੂੰ ਇਨਾਮ ਮਿਲੇਗਾ, ਮੇਰੀ ਬੱਲਿਆਂ ਬੱਲਿਆਂ ਹੋਏਗੀ, ਵਾਹ ਬਈ ਵਾਹ। ਅਤੇ ਮੈਂ ਫਿਰ 2% ਲੋਕ ਹੈ ਗੁਰੂ ਦਾ ਖਾਲਸਾ, ਇਹਨੂੰ ਮੈਂ ਜ਼ਲੀਲ ਕਰ ਦਾਂਗਾ, ਖਤਮ ਕਰ ਦਾਂਗਾ। ਵੀਰੋ ਸੋਚ ਕੇ ਤਾਂ ਇਹੋ ਹੀ ਆਇਆ ਸੀ, ਦੱਸੋ ਉਹਦੇ ਨਾਲ ਫਿਰ ਕੀ ਬਣਿਆ? ਭਾਈ ਜਗਤਾਰ ਸਿੰਘ ਹਵਾਰਾ, ਉਹਨੂੰ ਰਿਪੋਰਟ ਕਿੱਥੋਂ ਪਹੁੰਚ ਗਈ? ਉਹਦੇ ਕੋਲ ਜਦੀਦ ਟੈਕਨੋਲੋਜੀ ਕਿੱਥੋਂ ਆ ਗਈ? ਇਸੇ ਟੈਕਨੋਲੋਜੀ ਜਿੱਥੋਂ ਤੋਂ ਦੁਨੀਆ ਅੱਜ ਬੜੀ ਹੈਰਾਨ ਅਤੇ ਬੜੀ ਪਰੇਸ਼ਾਨ ਹੈ। ਆਇਆ ਭੱਜਾ ਭੱਜਾ ਗੰਜਾ, ਉਧਰੋਂ ਭੱਜਾ ਭੱਜਾ ਆਇਆ ਅੱਜ ਗੁਰੂ ਦੇ ਖਾਲਸੇ ਦਾ, ਅੱਜ ਮੈਂ ਰਹਿਣ ਕੱਖ ਨਹੀਂ ਦੇਣਾ। ਵੀਰੋ ਭੱਜਾ ਭੱਜਾ ਆਇਆ, ਭਾਈ ਜਗਤਾਰ ਸਿੰਘ ਵਾਰੇ ਨੂੰ ਪਹਿਲਾਂ ਹੀ ਪਤਾ ਸੀਗਾ ਵੀਰੋ ਟੈਕਨੋਲੋਜੀ ਹੋਵੇ ਗੁਰੂ ਦੇ ਖਾਲਸੇ ਦੀ ਅਤੇ ਇੱਦਾਂ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੈਬੜ 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 ਕਰਕੇ ਲਾਈ ਉਹਦਾ, ਮੈਂ ਕਹਿੰਦਾ 14 ਸਬਕ ਰੋਸ਼ਨ ਹੋਏ ਉਸ ਗੰਜੇ ਦੇ ਵੀ। ਵੀਡੀਓ ਦੇਖੋ ਜਿਹਦੇ ਨਾਲ ਕੱਢ ਕੇ, ਵੀਡੀਓ ਗਵਾਹ ਹੈ। ਇਸੇ ਚੀਜ਼ ਤੋਂ ਤਾਂ ਦੁਨੀਆ ਹੈਰਾਨ ਹੈ, ਇਸੇ ਚੀਜ਼ ਤੋਂ ਦੁਨੀਆ ਡਰਦੀ ਹੈ ਕਿ ਗੁਰੂ ਦੇ ਖਾਲਸੇ ਕੋਲ ਜਦੀਦ ਐਡੀ ਟੈਕਨੋਲੋਜੀ ਕਿੱਥੋਂ ਆ ਗਈ। ਫਿਰ ਇੰਦਰਾ ਗਾਂਧੀ ਦੀ ਸੋਚ ਦੇ ਉੱਤੇ ਚੱਲਣ ਵਾਲੀ ਕੰਗਨਾ ਰਣੌਤ, ਮਾਵਾਂ ਨੂੰ ਟਕੇ ਟਕੇ ਦਾ ਕਹਿਣ ਵਾਲੀ, ਘਰਾਂ ਦੇ ਵਿੱਚ ਬੇਸਕੂਨੀ ਪਾਉਣ ਵਾਲੀ, MP ਦਾ ਇਲੈਕਸ਼ਨ ਜਿੱਤ ਕੇ ਅਤੇ ਇਹ ਰਿਪੋਰਟ ਦੇ ਵਿੱਚੋਂ ਲੰਘੀ ਹੈ। ਆਹਾ, ਜ਼ਿਹਨ 'ਚ ਇਹ ਸੋਚਣ ਦੀ ਹੈ ਕਿ ਮੁੱਠੀ ਭਰ ਲੋਕ ਹੈ, ਇਹਨਾਂ ਨੂੰ ਮੈਂ ਖਤਮ ਕਰ ਦੇਵਾਂਗੀ, ਮਿਲੀਆਂ ਮੇਟ ਕਰ ਦੇਵਾਂਗੀ। ਅਤੇ ਵੀਰੋ ਫਿਰ ਸਾਡੀ ਭੈਣ ਕੁਲਵਿੰਦਰ ਕੌਰ ਖੁੱਲ੍ਹੇ ਹੱਥਾਂ ਵਾਲੀ, ਅਸੀਂ ਜੇ ਉਸ ਭੈਣ ਨੂੰ ਆਪਣੀ ਭੈਣ ਕਹਾਂਗੇ ਤਾਂ ਬੜੇ ਫਖਰ ਨਾਲ ਕਹਾਂਗੇ, ਅਤੇ ਪੂਰੀ ਦੁਨੀਆ ਇਸ ਭੈਣ ਨੂੰ, ਕੁਲਵਿੰਦਰ ਕੌਰ ਨੂੰ ਆਪਣੀ ਭੈਣ ਕਹਿ ਸਕਦੀ ਹੈ, ਅਤੇ ਕੰਗਨਾ ਰਣੌਤ ਨੂੰ ਕੋਈ ਦੁਨੀਆ ਦਾ ਬੰਦਾ ਜਾਂਦਾ ਭੁੱਲ ਕੇ ਵੀ ਆਪਣੀ ਭੈਣ ਨਹੀਂ ਕਹਿ ਸਕਦਾ, ਹੋਰ ਜੋ ਮਰਜ਼ੀ ਕਹਿ ਲਵੇ ਪਰ ਭੈਣ ਨਹੀਂ ਕਹਿ ਸਕਦਾ। ਅਤੇ ਕੁਲਵਿੰਦਰ ਕੌਰ ਸਾਡੀ ਭੈਣ ਖੁੱਲ੍ਹੇ ਹੱਥਾਂ ਵਾਲੀ, ਓਏ ਹੋਏ ਹੋਏ। ਵੀਰੋ ਲੱਪੜ ਮਾਰਿਆ ਖੁੱਲ੍ਹੇ ਹੱਥ ਐਸੇ, ਵੱਡੇ ਹੱਥ ਐਸੇ ਲੱਪੜ ਮਾਰਿਆ ਕਿ 14 ਤਬਕ ਰੋਸ਼ਨ ਹੋਏ। ਉਹਨੂੰ ਦੱਸ ਦਿੱਤਾ ਕਿ ਕੁੰਡਲੀਆਂ ਦਾ ਸੱਪ ਖਾਲਸਾ ਹਜੇ ਜਿਉਂਦਾ ਹੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੈਬੜ 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 ਵੀਰੋ
ਕਿਉਂਕਿ ਇੰਦਰਾ ਗਾਂਧੀ ਦੀ ਸੋਚ ਤੇ ਉੱਥੇ ਚੱਲੇਗੀ, ਗੁਰੂ ਦੇ ਖਾਲਸੇ ਨੂੰ ਦਲੀਲ ਕਰੇਗੀ। ਲੈ ਹੁਣ ਤੂੰ ਆਪਣੀ ਇੱਜ਼ਤ ਨੂੰ ਬਚਾ ਕੇ ਦਿਖਾ, ਦੁਨੀਆ ਕੋਈ ਦੁਨੀਆ ਦੀ ਤਾਕਤ ਤੇਰੀ ਇੱਜ਼ਤ ਨੂੰ ਬਚਾਉਣਾ ਵੀ ਚਾਹੇ, ਤੂੰ MP ਬਣ ਜਾ, ਤੂੰ ਸਦਰ ਬਣ ਜਾ, ਅਤੇ ਹੁਣ ਆਪਣੀ ਇੱਜ਼ਤ ਨੂੰ ਬਚਾਉਣਾ ਵੀ ਚਾਹ ਤੇ ਨਹੀਂ ਬਚਾ ਸਕਦੀ। ਕਿਉਂ? ਕਿਉਂਕਿ ਗੁਰੂ ਕਾ ਖਾਲਸਾ ਹੈ, ਇਹਨੂੰ ਜ਼ਲੀਲ ਕਰਨ ਵਾਲੇ ਖੁਦ ਜ਼ਲੀਲ ਹੋ ਗਏ ਹੈ, ਗੁਰੂ ਦੇ ਖਾਲਸੇ ਨੂੰ ਖਤਮ ਕਰਨ ਵਾਲੇ ਖੁਦ ਖਤਮ ਹੋ ਗਏ ਆ। ਪਰ ਗੁਰੂ ਦਾ ਖਾਲਸਾ ਕੁੰਡਲੀਆਂ ਵਾਲਾ ਸੱਪ ਹਈਏ ਜਿਉਂਦਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜ਼ਮੀਨ ਵੀ ਉਸ ਮਾਲਕ ਦੀ, ਤੇਰੀ ਹਕੂਮਤ ਨਹੀਂ ਚੱਲੇਗੀ, ਇਹ ਸਿਸਟਮ ਵੀ ਉਸ ਮਾਲਕ ਦਾ ਚੱਲੇਗਾ, ਜ਼ਮੀਨ ਵੀ ਉਸ ਮਾਲਕ ਦੀ। ਵਾਹਿਗੁਰੂ ਜੀ ਕਾ ਖਾਲਸਾ। ਚੰਦ ਸੂਰਜ ਕਿਹਨੇ ਦਿੱਤਾ? ਉਸ ਮਾਲਕ ਨੇ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ। ਤੈਨੂੰ ਸਾਹ ਕਿਹਨੇ ਦਿੱਤਾ? ਉਸ ਮਾਲਕ ਨੇ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ। ਇਹ ਖਾਲਸ ਹੈ, ਪਿਓਰ ਹੈ, ਜਨਮਨ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਮੀਨ ਵੀ ਉਸ ਮਾਲਕ ਦੀ, ਸਿਸਟਮ ਵੀ ਉਸ ਮਾਲਕ ਦਾ ਚੱਲੇਗਾ, ਮੇਰਾ ਜਿਸਮ ਅਤੇ ਮੇਰੀ ਮਰਜ਼ੀ ਨਹੀਂ ਚੱਲੇਗੀ। ਮੈਂ ਭਾਵੇਂ ਕੱਪੜੇ ਥੋੜ੍ਹੇ ਪਾਵਾਂ ਅਤੇ ਮੈਂ ਭਾਵੇਂ ਬਹੁਤੇ ਪਾਵਾਂ, ਮੇਰਾ ਜਿਸਮ ਅਤੇ ਮੇਰੀ ਮਰਜ਼ੀ ਹੈ। ਬਾਣੀਆਂ ਦੇ ਵਿੱਚ ਕੀ ਰੱਖਿਆ? ਦਿਲ ਸਾਫ਼ ਹੋਣਾ ਚਾਹੀਦਾ ਵੈ। ਨਹੀਂ, ਵਾਹਿਗੁਰੂ ਜੀ ਕਾ ਖਾਲਸਾ, ਜਿਸਮ ਵੀ ਉਸ ਮਾਲਕ ਦਾ ਅਤੇ ਮਰਜ਼ੀ ਵੀ ਉਸ ਮਾਲਕ ਦੀ ਚੱਲੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਦੇ ਖਾਲਸੇ ਨੂੰ ਖਤਮ ਕਰਨ ਵਾਲੋ ਸੁਣ ਲਵੋ, ਸਾਡੇ ਸਾਰੇ ਹਥਿਆਰ, ਜਦੀਦ ਟੈਕਨੋਲੋਜੀ, ਟੈਂਕ, ਤੋਪਾਂ ਇੱਕ ਪਾਸੇ, ਦੁਨੀਆ ਦੇ ਹਥਿਆਰ, ਜਦੀਦ ਮਜ਼ੈਲ ਇੱਕ ਪਾਸੇ, ਪਰ ਗੁਰੂ ਦਾ ਖਾਲਸਾ, ਗੁਰੂ ਦੇ ਖਾਲਸੇ ਦਾ ਲੱਪੜ ਇੱਕ ਪਾਸੇ, ਇਸ ਲੱਪੜ ਦਾ ਮੁਕਾਬਲਾ ਨਹੀਂ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।